Class. Class. Today we are going to cover the second chapter reading test. Okay? Okay, sir. So this is the paragraph from the Portrait of a Lady written by Khushwant Singh. Okay? Yes, sir. In this paragraph there are 5 questions of true, false and not given. Understand? Yes, sir. The first question says, grandmother was very old. Let us find this answer. Here, grandmother, like everybody, grandmother was an old woman. Now, he says that grandmother was an old woman. But here, grandmother was very old. You have to find exact word here and here as well. Only then the answer will be true. Understand? Yes, sir. When you read through this passage, you will find that as for my grandmother, now here the answer is, as for my grandmother, being young and pretty, it means that grandmother was not very old. Understand? Yes, sir. The answer is in middle of the passage, is not in the starting. Understand? Yes, sir. So the answer will be here. Will be true or false? False. Very good. It is false. Next question is, the grandmother used to play games as a child. So what is the meaning in Punjabi? ਬਿਓ ਬੱਚਿਆਂ ਵਾਂਗੂ ਗੇਮਾਂ ਖੇਡਦੀ ਸੀ ਪਲੇਸ ਖੇਡਦੀ ਸੀਗੀ ਲੈਟ ਅਸ ਫਾਈਂਡ ਦਾ ਆਨਸਰ ਸ਼ੀ ਆਫਨ ਟੋਲਡ ਅਸ ਆਫ ਦਾ ਗੇਮਸ ਸ਼ੀ ਯੂਜ਼ ਟੂ ਪਲੇ ਐਜ ਅ ਚਾਈਲਡ ਇਹਦਾ ਕੀ ਮਤਲਬ ਹੋਇਆ ਕਿ ਉਹ ਸਾਨੂੰ ਇਹ ਦੱਸਦੀ ਸੀ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਹ ਕਿਹੜੀਆਂ ਗੇਮਾਂ ਖੇਡਦੀ ਸੀ ਉਹਨੇ ਇਸ ਬਾਰੇ ਗੱਲ ਕੀਤੀ ਆ ਨਾ ਹੀ ਇਸ ਬਾਰੇ ਗੱਲ ਕੀਤੀ ਆ ਕਿ ਉਹ ਛੋਟੇ ਹੋ ਕੇ ਗੇਮਾਂ ਖੇਡਦੀ ਸੀ ਸਮਝ ਆਇਆ ਤਾਂ ਇੱਦਾਂ ਦੀ ਸਾਨੂੰ ਇਹਦੇ ਵਿੱਚ ਕੁਛ ਚੀਜ਼ ਨਹੀਂ ਮਿਲੀ ਹੈਗੀ ਤਾਂ ਇਹਦਾ ਆਂਸਰ ਕੀ ਹੋਊਗਾ ਨੋਟ ਗਿਵਨ ਦੇਖੋ ਜੀ ਕੁਐਸਚਨ ਤਕਰੀਬਨ ਤੁਹਾਨੂੰ ਸੇਮ ਲੱਗਦਾ ਕਿ ਬਈ ਉਹ ਆਂਸਰ ਸੇਮ ਹੋਊਗਾ ਬਟ ਦਾ ਆਂਸਰ ਇਜ਼ ਡਿਫਰੈਂਟ ਉਹ ਕਹਿ ਰਹੇ ਆ ਅਗਰ ਤੁਹਾਨੂੰ ਇੰਗਲਿਸ਼ ਇਹਦੀ ਪੰਜਾਬੀ ਟ੍ਰਾਂਸਲੇਟ ਕਰਨੀ ਆਉਂਦੀ ਆ ਉਹ ਕਹਿ ਰਹੇ ਆ ਕਿ ਜਦੋਂ ਦਾਦੀ ਮਾਂ ਖੇਡਦੀ ਹੁੰਦੀ ਸੀ ਤਾਂ ਛੋਟੀ ਹੋ ਕੇ ਖੇਡਦੀ ਹੁੰਦੀ ਸੀ ਹੁਣ ਇਹ ਗੱਲ ਬਣੀ ਕੋਈ ਹੈ ਤਾਂ ਉਹ ਪੈਸੇਜ ਵਿੱਚ ਕਹਿ ਰਹੇ ਆ ਸਾਨੂੰ ਉਹ ਗੇਮਾਂ ਬਾਰੇ ਦੱਸਦੀ ਸੀ ਜਦੋਂ ਉਹ ਛੋਟੀ ਹੁੰਦੀ ਖੇਡਦੀ ਹੁੰਦੀ ਸੀ ਹੁਣ ਗੱਲ ਬਣੀ ਨਾ ਬਟ ਇਹਦੇ ਅੰਤਰ ਇਹ ਆ ਉਹ ਕਹਿ ਰਿਹਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਮੇਰੀ ਦਾਦੀ ਮਾਂ ਉਹ ਮੇਰੇ ਵਾਂਗੂ ਛੋਟੀ ਹੋ ਕੇ ਗੇਮਾਂ ਖੇਡਦੀ ਸੀ ਇਹਦਾ ਨਾਲ ਤਾਂ ਨਹੀਂ ਕੁਛ ਹੈਗਾ ਇਹਦੇ 'ਚ ਸੋ ਦਿਸ ਇਜ਼ ਆਂਸਰ ਇਜ਼ ਨੋਟ ਗਿਵਨ ਨੈਕਸਟ ਕੁਐਸਚਨ ਗ੍ਰੈਂਡ ਮਦਰਸ ਪੋਰਟਰੇਟ ਹੰਗ ਅਬਵ ਦਾ ਮੈਟਲ ਪਲੇਸ ਉਹ ਕਹਿ ਰਿਹਾ ਆ ਕਿ ਜਿਹੜੇ ਗ੍ਰੈਂਡ ਮੈਟਲ ਪੀਸ ਉਹ ਕਹਿ ਰਿਹਾ ਕਿ ਗ੍ਰੈਂਡ ਮਦਰਸ ਦਾ ਜਿਹੜਾ ਪੋਰਟਰੇਟ ਸੀਗਾ ਪੋਰਟਰੇਟ ਹੁੰਦਾ ਉਹਦੀ ਪਿਕਚਰ ਜਾਂ ਪੇਂਟਿੰਗ ਉਹ ਟੰਗੀ ਹੋਈ ਸੀ ਦੀਵਾਰ ਤੇ ਲੈਟ ਅਸ ਫਾਈਂਡ ਦਾ ਆਨਸਰ ਮਾਈ ਗ੍ਰੈਂਡ ਫਾਦਰਸ ਪੋਰਟਰੇਟ ਹੰਗ ਅਬਵ ਦਾ ਮੈਂਟਲ ਪੀਸ ਸੋ ਦਾ ਆਨਸਰ ਇਜ਼ ਕੌਂਟਰਾਡਿਕਟਿੰਗ ਕੌਂਟਰਾਡਿਕਟਰੀ ਮੀਨਸ ਦਾ ਆਨਸਰ ਦੈਟ ਯੂ ਆਰ ਫਾਈਂਡਿੰਗ ਇਜ਼ ਡਿਫਰੈਂਟ ਸੋ ਆਨਸਰ ਵਿਲ ਬੀ ਇਟ ਇਜ਼ ਫਾਲਸ ਇਫ ਦਾ ਕੁਐਸਚਨ ਇਜ਼ ਕੌਂਟਰਾਡਿਕਟਿੰਗ ਮੀਨਸ ਦਾ ਆਨਸਰ ਜੋ ਤੁਹਾਨੂੰ ਪੁੱਛਿਆ ਗਿਆ ਉਹ ਤੁਹਾਨੂੰ ਬਿਲਕੁਲ ਉਲਟਾ ਲਿਖਿਆ ਹੋਇਆ ਤਾਂ ਆਨਸਰ ਕਿਉਂ ਆਇਆ ਫਾਲਸ ਅਗਰ ਜੋ ਤੁਹਾਨੂੰ ਪੁੱਛਿਆ ਗਿਆ ਉਹ ਹੈ ਯੂ ਨਿਊ ਪ੍ਰੈਸ ਦੇ ਵਿੱਚ ਦੈਟ ਇਜ਼ ਨੋਟ ਗਿਵਨ ਤੇ ਐਗਜੈਕਟਲੀ ਹੈਗਾ ਆ ਟਰੂ ਸੋ ਆਨਸਰ ਵਿਲ ਬੀ ਫਾਲਸ ਨੈਕਸਟ ਕੁਐਸਚਨ ਮਾਈ ਗ੍ਰੈਂਡਫਾਦਰ ਵਾਸ 100 ਈਅਰਸ ਓਲਡ ਇਹਦਾ ਕੀ ਮੀਨਿੰਗ ਆ ਕਿ ਮੇਰਾ ਜਿਹੜਾ ਗ੍ਰੈਂਡਫਾਦਰ ਸੀਗਾ ਉਹ 100 ਸਾਲ ਦਾ ਸੀਗਾ 100 ਸਾਲ ਦਾ ਇੱਥੇ ਬੰਦੇ ਦੀ ਗੱਲ ਹੋ ਰਹੀ ਆ ਗ੍ਰੈਂਡਫਾਦਰ ਦੀ ਇੱਥੇ ਜੀ ਹੀ ਡਿਡ ਨਾਟ ਲੁੱਕ ਅ ਸਾਰਟ ਆਫ ਪਰਸਨ ਹੂ ਵੁੱਡ ਹੈਵ ਅ ਵਾਈਫ ਐਂਡ ਚਿਲਡਰਨ ਹੀ ਲੁੱਕਡ ਐਜ਼ ਇਫ ਹੀ ਕੁਡ ਓਨਲੀ ਹੈਵ ਅ ਲੋਟ ਆਫ ਚਿਲਡਰਨ ਐਂਡ ਗ੍ਰੈਂਡ ਚਿਲਡਰਨ ਹੀ ਲੁੱਕਡ ਐਟ ਲੀਸਟ ਹਾਂਜੀ ਹੁਣ ਇੱਥੇ ਕੀ ਕਹਿ ਰਹੇ ਆ ਕਹਿੰਦਾ ਕਿ ਹੀ ਲੁੱਕਡ ਐਟ ਲੀਸਟ ਘੱਟੋ ਘੱਟ ਐਜ 100 ਈਅਰਸ ਓਲਡ ਉਹ ਕਹਿ ਰਹੇ ਆ ਕਿ ਉਹਦਾ ਗ੍ਰੈਂਡਫਾਦਰ ਇਦਾਂ ਲੱਗ ਰਿਹਾ ਸੀ ਜਿਵੇਂ ਕਿ 100 ਸਾਲ ਦਾ ਹੋਵੇ ਪਰ ਇੱਥੇ ਕੀ ਕਹਿ ਰਿਹਾ ਆ ਕਿ ਉਹ 100 ਸਾਲ ਦਾ ਸੀ ਸੋ ਇਟ ਇਜ਼ ਨਾਟ ਗਿਵਨ ਉਹ ਕਹਿ ਰਹੇ ਆ ਉਹ 100 ਸਾਲ ਦਾ ਲੱਗਦਾ ਸੀ ਪਰ ਉਹਨੇ ਪੁੱਛਿਆ ਕੀ ਆ ਉਹ ਕਹਿੰਦਾ ਕਿ ਉਹ 100 ਸਾਲ ਦਾ ਸੀ ਸੋ ਆਨਸਰ ਇਜ਼ ਨਾਟ ਗਿਵਨ ਨਾਉ ਦਾ ਲਾਸਟ ਆਨਸਰ ਦ ਗ੍ਰੈਂਡਮਦਰ ਯੂਜ਼ ਟੂ ਟੈਲ ਦਾ
fables of the prophets. Fables ਹੁੰਦਾ ਆ ਕਹਾਣੀਆਂ। ਉਹ ਕਹਿੰਦਾ ਲਾਸਟ ਟਾਈਮ 'ਚ ਦੇਖੋ, that seemed quite absurd and undignified on her part, and we treated like the fables of prophet she used to tell us. ਮਤਲਬ ਉਹ ਜਿਹੜੀ ਕਹਾਣੀਆਂ ਦੱਸਦੀ ਸੀਗੀ ਉਹ ਪ੍ਰੋਫਿਟ ਦੀਆਂ ਸੀਗੀਆਂ। ਐਗਜੈਕਟਲੀ ਆਪਾਂ ਨੂੰ ਉਹੀ ਮਿਲ ਰਿਹਾ ਆ ਜੋ ਪੁੱਛਿਆ ਗਿਆ ਸੀ। ਕੀ ਆਂਸਰ ਇਹ ਹੋਊਗਾ? ਸੋ ਨੈਕਸਟ ਪਾਰਟ ਇਜ਼ ਫਿਲ ਇਨ ਦਾ ਬਲੈਂਕਸ। ਫਸਟ ਬਲੈਂਕ ਇਜ਼, ਇਨ ਦਾ ਪਿਕਚਰ ਡੈਸ਼ ਸੀਮਸ ਟੂ ਬੀ 100 ਈਅਰਸ ਓਲਡ। ਨਹੀਂ ਜੀ, ਆਪਾਂ ਨੂੰ ਮਿਲਿਆ ਸੀਗਾ ਜੀ ਗ੍ਰੈਂਡ ਫਾਦਰ। ਸੋ ਦਾ ਆਂਸਰ ਵਿਲ ਬੀ ਗ੍ਰੈਂਡ ਫਾਦਰ। ਤੁਸੀਂ ਇਹਨੂੰ ਨੋਟ ਕਰ ਲਿਓ, ਮੈਂ ਇੱਥੇ ਲਿਖੂੰਗਾ ਨਹੀਂ। ਓਕੇ, ਹੀ ਵੋਰ ਏ ਹਿਊਜ ਡੈਸ਼ ਐਂਡ ਬੈਗੀ ਡੈਸ਼। ਹਿਊਜ, ਹਾਂਜੀ, ਕੀ ਸੀਗਾ ਉਹਦੇ ਕੋਲ? ਦੇਖੀ ਆ ਜਾਓ, ਬ੍ਰੈਂਡਫਰ ਪੋਰਟਰ ਅਬਾਊਟ ਦੀ ਮੈਂਟਲ ਪੇਜ। ਹੀ ਵੋਰ ਅ ਬਿਗ ਟਰਬਨ। ਕੀ ਆਊਗਾ ਉੱਥੇ? ਟਰਬਨ। ਉਸ ਤੋਂ ਬਾਅਦ ਜਿਹੜਾ ਨੈਕਸਟ ਆਂਸਰ ਆ ਉਹ ਵੀ ਉਹਦੇ ਨਾਲ ਹੀ ਪਿਆ ਆ, ਲੋਜ ਫਿਟਿੰਗ ਕਲੋਜ। ਬੈਗੀ ਕਲੋਜ ਹੁੰਦਾ ਆ ਕਿ ਢਿੱਲੇ ਮੱਠੇ ਜਿਹੜੇ ਆਪਣੇ ਕਲੋਜ ਕੱਪੜੇ, ਤਾਂ ਉਹ ਕਹਿ ਰਿਹਾ ਕਿ ਲੋਜ ਫਿਟਿੰਗ ਮਤਲਬ ਢਿੱਲੇ ਮੱਠੇ ਕੱਪੜੇ। ਸੋ ਦਾ ਆਂਸਰ ਵਿਲ ਬੀ ਕਲੋਜ, ਬੈਗੀ ਕਲੋਜ। ਹਿਜ ਲੌਂਗ ਵਾਈਟ ਬੀਅਰਡ ਵਾਜ਼ ਅਪ ਟੂ ਹਿਜ਼ ਲੈਵਲ। ਵੈਰੀ ਗੁੱਡ, ਅਪ ਟੂ ਹਿਜ਼ ਚੈਸਟ। ਇੱਥੇ ਮਿਲੂਗਾ ਤੁਹਾਨੂੰ ਇਹ, ਦ ਬੈਸਟ ਪਾਰਟ ਆਫ ਹਿਜ ਚੈਸਟ। ਸੋ ਦ ਲਾਸਟ ਆਂਸਰ ਵਿਲ ਬੀ, ਹੀ ਲੁਕਡ ਓਲਡ ਇਨਫ ਟੂ ਹੈਵ ਮੈਨੀ। ਹਾਂਜੀ, ਉਹ ਇੱਦਾਂ ਲੱਗ ਰਿਹਾ ਸੀ ਕਿ ਉਸਦੇ ਬਹੁਤ ਹੀ ਜ਼ਿਆਦਾ ਕੀ ਹੋਣ। ਹਾਂਜੀ, ਵੈਰੀ ਗੁੱਡ, ਹੀ ਲੁਕਡ ਐਜ਼ ਇਫ ਹੀ ਕੁਡ ਓਨਲੀ ਹੈਵ ਅ ਲੋਟਸ ਐਂਡ ਲੋਟਸ ਆਫ ਗ੍ਰੈਂਡ ਚਿਲਡਰਨ। ਸੋ ਦਿਸ ਵਾਜ਼ ਦ ਲਾਸਟ ਆਂਸਰ ਆਫ ਦਿਸ ਪੈਰਾਗ੍ਰਾਫ। ਨੋਟ ਇਟ ਡਾਊਨ ਔਨ ਯੋਰ ਨੋਟਬੁੱਕਸ, ਸਟਾਰਟ ਰਾਈਟਿੰਗ ਇਟ, ਸਟਾਰਟ ਰਾਈਟ। ਸੋ ਦਿਸ ਇਜ਼ ਦ ਐਂਡ ਆਫ ਦ ਵੀਡੀਓ। But after talking to you, I feel a lot better. Come, I will introduce you to the rest of the class. Thank you very much.